ਕਹਿੰਦਾ ਮਿਹਰਬਾਨ ਫਿਰ ਕੀ ਹੋਇਆ ਜਨਾਬ ਜਦੋਂ ਦੁੱਲੇ ਨਵਾਬ ਨੇ ਘੋੜੀ ਨੂੰ ਅੱਡੀ ਮਾਰੀ ਤਾਂ ਜਨਾਬ ਕਿੱਥੇ ਚਲਿਆ ਗਿਆ ਦੁੱਲਾ ਤਾਂ ਚਨੋਟ ਦੇ ਵਿੱਚ ਚਲਿਆ ਗਿਆ ਲੱਦੀ ਨੇ ਸੋਚਿਆ ਜਦੋਂ ਮੇਰੂ ਪੋਸਟ ਦੀ ਜੰਗ ਕਰਕੇ ਵਾਪਸ ਮੁੜ ਕੇ ਆ ਗਿਆ ਮਾਂ ਲੱਦੀ ਨੂੰ ਕਹਿਣ ਲੱਗਾ ਮਾਂ ਸੀ ਮੈਂ ਬਿਲਕੁਲ ਨਹੀਂ ਜੰਗ ਕਰਨ ਵਾਸਤੇ ਜਾਣਾ ਸਾਡਾ 100 ਬੰਦਾ ਬੈਰੀਆਂ ਨੇ ਮਾਰ ਕੇ ਰੱਖਤਾ ਉਹ ਕਹਿੰਦੀ ਵੀ ਗਿਆ ਤਾਂ ਤੁਸੀਂ 10 ਬਾਰੇ 100 ਤੇਰੇ ਕਿੱਥੋਂ ਦੀ ਮਾਰਤਾ ਕਹਿੰਦਾ ਬਾਕੀ ਸਾਈ ਲੈ ਲਈ ਜਿਹੜੇ ਮੇਰੇ ਨਾਲ ਦੇ ਭਰਾ ਬਚਦੇ ਆ ਸਾਡੇ ਤਕੀਏ 'ਚ ਮਾਰ ਦੇਣਗੇ ਆ ਕੇ ਤਾਂ ਜਨਾਬ ਉਹਨੇ ਸੋਚਿਆ ਲੱਦੀ ਨੇ ਕਿਹਾ ਵੀ 2 ਦਿਨ ਤਾਂ ਪੁੱਤਰ ਜੰਗ ਦੇ ਕੱਢਿਆ ਆ ਦੁੱਲੇ ਨੇ ਪਰਸੋਂ ਚੌਥ ਨੂੰ ਮੁੜ ਕਹਿਣਾ ਹੁਣ ਕੀ ਕੀਤਾ ਜਾਵੇ ਜਨਾਬ ਜਦੋਂ ਮਾਂ ਲੱਦੀ ਨੇ ਕਿਹਾ ਪੈਰ ਦਲਾਸਣਾ ਦਿੱਤਿਆ ਮੇਰੂ ਨੇ ਕਿਹਾ ਜੇ ਵੀ ਅੰਬਲੀ ਵੀ ਢੇਰੀ ਢੱਗ ਆ ਸਾਡਾ ਰਹਿਣਾ ਨਹੀਂ ਹਜ਼ਾ ਉਹ ਵੀ ਉੜ ਸੋਚਾ ਸੋਚ ਕੇ ਮੇਰੂ ਪੋਸਤੀ ਵੀ ਜਨਾਬ ਜੰਗ ਦੀ ਤਿਆਰੀ ਕਰ ਲਈ ਤਾਂ ਨਾਲ ਦੇ ਪੋਸਤ ਨੂੰ ਕਹਿੰਦਾ ਵੀ ਚਲੋ ਆਪਾਂ ਜੰਗ ਕਰਨ ਵਾਸਤੇ ਜਾਣਾ ਤਾਂ ਜਨਾਬ ਕਿੱਥੇ ਲੈ ਕੇ ਆ ਗਿਆ ਘਰ ਨੂੰ ਲੈ ਕੇ ਆ ਗਿਆ ਮਾਂ ਲੱਦੀ ਨੇ ਸੋਚਿਆ ਕਹਿੰਦੀ ਪੁੱਤਰ ਮੇਰੂ ਆ ਕੀ ਕਰਨਗੇ ਤਾਂ ਪਹਿਲੇ ਮਰਨ ਨੂੰ ਤਿਆਰ ਹੋਏ ਫਿਰਦੇ ਵਿਚਾਰੇ ਮੇਰੀ ਪੋਸਤੀ ਕਹਿੰਦਾ ਅੰਮਾ ਚੁੱਪ ਕਰ ਜਾ ਬੇਸ਼ੱਕ ਸਾਰੇ ਪੋਸਤੀ ਮਰ ਜਾਣ ਪਤਾ ਲੱਗੂ 4 ਬੰਦੇ ਪਿੱਛੇ ਇਹਨਾਂ ਦੇ ਵੀ ਹੈਗੇ ਆ ਜਨਾਬ ਜਿਹੜਾ ਇੱਕ ਹਿੱਸਾ ਕਹਿੰਦੀ ਨਸਾ ਤੁਹਾਨੂੰ ਪਤਾ 2 ਹਿੱਸਾ ਜ਼ਿਆਦਾ ਖਾ ਕੇ ਤਾਂ ਵਿਚਾਰੇ ਮਰਿਆ ਅਰਗੇ ਤਾਂ ਪਹਿਲੇ ਹੋ ਗਏ ਚੱਲੇ ਦੇਖ ਲਓ ਕਿੱਥੇ ਨੂੰ ਆ ਹੁਣ ਚੜ੍ਹ ਪਿਆ ਮੇਰੂ ਪੋਤੀ ਸੱਜੇ ਫੜੀ ਕਮਾਨ ਉਹ 12 ਚੜ੍ਹ ਪਿਆ ਪੋਤੀ ਕੁਝ ਐਸਾ ਹਨ ਕੁਸਤਾ ਰਸਤੇ 'ਚ ਡਿੱਗ ਪਏ ਜੇ ਨਸ਼ਾ ਬੇਸ਼ੁਮਾਰ ਕਰ ਲਿਆ ਸ਼ੇਸ਼ਤ ਘੋੜੇ ਛੇੜ ਕੇ ਮੰਗ ਰਹੇ ਹੋਏ ਰਵਾਨ ਫਿਰ ਕਾ ਠੱਠਾ ਮੁਗਲਾਂ ਵਿੱਚ ਆ ਕੇ ਮੇਰੂ ਸ਼ੈਲ ਜਵਾਣਾ ਸਿਰ ਤੇਗਾ ਮਾਰਦਾ ਲਾਲਾ ਸਿੱਟੇ ਕਾਣ ਉਹ ਮੁਗਲਾਂ ਦੀਆਂ ਭਾਜੜਾਂ ਪੈ ਗਈਆਂ ਜਾਂਦੇ ਨਜ਼ਰ ਨਾਲ ਵਿੱਚੋਂ 2-3 ਮਰ ਗਏ ਨਾਲ ਦੇ ਪੋਸਤੀ ਮੇਰੇ ਦੇ ਢਿੱਲੇ ਹੋਏ ਪ੍ਰਾਣ ਮੇਰੂ ਨੇ ਕਿਹਾ ਲੈ ਵੀ ਐਸੀ ਪੈਸੀ ਕਰਦੇ ਪੈਣ ਮੇਰੇ ਨਾਲ ਦੇ ਭਰਾ ਮਰ ਗਏ ਯਾਰ ਮੇਰਾ ਦੇਸ਼ ਹੀ ਸੁੰਨਾ ਹੋ ਗਿਆ ਲਓ ਜੀ ਘੋੜ ਦੀਆਂ ਬਾਗਾਂ ਖਿੱਚ ਕੇ ਮੇਰੂ ਪਿੱਛੇ ਨੂੰ ਹੋਇਆ ਰਬਾਨ ਮਾਂ ਲੱਦੀ ਕੁਲਿਆ ਕੇ ਮੁਕਸੇ ਕਰੇ ਬਿਆਨ ਬੁੜਗੇ ਫੜ ਲਾ ਮੇਰੀ ਤੇਗ ਨੂੰ ਕਰਦੇ ਵਿੱਚ ਮਿਆਨ ਬੁੜਗੇ ਫੜ ਲਾ ਨਹੀਂ ਮੇਰੀ ਤੇਗ ਨੂੰ ਫਿਰ ਕਿਆ ਕਰਦੇ ਵਿੱਚ ਮਿਆਨ ਮੇਰੇ ਨਾਲ ਦੇ ਮਰ ਗਏ ਪੋਸਤੀ ਇੱਕ ਮੈਨੂੰ ਭੁੱਲ ਗਿਆ ਪੀਣਾ ਖਾਣ ਮੈਂ ਨਹੀਂ ਜਾਣਾ ਜੰਗ ਨੂੰ ਭੰਮਾ ਤੁਹਾਡੇ ਸਾਰੇ ਟੱਬਰ 'ਚ ਨਿਕਲ ਜੇ ਜਾਣ ਇੱਕ ਪੋਸਤੀ ਆਪਣੀ ਮਾਂ ਲੱਦੀ ਨਾਲ ਜਵਾਬ ਕਰਦਾ ਕਿ ਉਸ ਵੇਲੇ ਮੋੜ ਕੇ ਕਿਹੜਾ ਜਵਾਬ ਕਰਦਾ ਕਿ ਅਜੈਬ ਸਿੰਘ ਭਲਾ ਬਈ ਸੂਣੀ ਝੂਟਾ ਹੱਸ ਕੇ ਲਈਏ ਪਿੱਛੇ